हाँ जी अज आप गल करेंगे फोर बेसिक दी देखो जो कोई भी काम करते हैं ना किसी भी चीज से बच्चा पढ़ कलास बच्चा पढ़ता है सिलेबस सिलेबस है ना अगर ओ, ओ बच्चा उस कवर करेगा दैन ताइ एग्जाम अच्छे होगा रिजल्ट अच्छा आएगा सेम अगर आप बिजनेस ज्वाइन किया है है ना अपना भी सिलेबस आ इस सिलेबस अगर आप कवर करा फिर आप अपने बिजनेस का कहना मतलब हर एक लैवल अचीव कर सकते हैं ਇਦੇ ਵਿੱਚ ਪਹਿਲੇ ਨੰਬਰ 'ਚ ਕੀ ਆਂਦਾ 4 ਬੇਸਿਕ ਜਿਹੜਾ ਅੱਜ ਮੈਂ ਕਵਰ ਕਰੂੰਗੀ 4 ਬੇਸਿਕ ਉਹ 4 ਬੇਸਿਕ ਕੀ ਹੁੰਦੇ ਨੇ ਤੁਸੀਂ ਮੈਨੂੰ ਕਿ ਅਸੀਂ ਇੱਕ ਵਾਰ ਬਠਿੰਡੇ ਮੀਟਿੰਗ اٹੈਂਡ ਕੀਤੀ ਸੀਗੀ ਉਸ ਟਾਈਮ ਡਾਕਟਰ ਬ੍ਰਾਂਚ ਆਏ ਹੋਏ ਸੀ ਮੈਡਮ ਬ੍ਰਾਂਚ ਤੁਸੀਂ ਸੋਚੋ ਉਹ ਕਰਾਊਨ ਨੇ ਉਹਨਾਂ ਨੇ ਉਸ ਟਾਈਮ ਉੱਥੇ 4 ਬੇਸਿਕ ਬਾਰੇ ਹੀ ਦੱਸਿਆ ਸੀਗਾ ਹੈਨਾ ਤੁਸੀਂ ਸੋਚੋ ਅਗਰ ਇੱਕ ਕਰਾਊਨ 4 ਬੇਸਿਕ ਦੱਸ ਰਹੇ ਨੇ ਉਹ ਕਹਿੰਦੇ ਅਸੀਂ ਅੱਜ ਵੀ 4 ਬੇਸਿਕ ਕਰਦੇ ਆਂ ਐਕਸਲੀ ਫੋ ਅਗਰ ਕਿਸੇ ਵੀ ਪਰਸਨ ਦੀ ਕੋਈ ਵੀ ਕਿਸੇ ਵੀ ਲੈਵਲ ਤੇ ਜਾ ਕੇ ਪਿੰਨ ਰੁਕੀ ਹੋਈ ਆ bizness ਗਰੋ ਨਹੀਂ ਕਰ ਰਿਹਾ ਇਟ ਮੀਨਸ ਉਹ 4 ਬੇਸਿਕ ਨਹੀਂ ਕਰ ਰਿਹਾ ਹੈਗਾ 4 ਬੇਸਿਕ ਚ ਕੀ ਆਂਦਾ ਹੈ ਫਸਟ ਨੰਬਰ ਚ ਆਪਾਂ ਲਿਸਟ ਬਣਾਉਣੀ ਆ ਲਿਸਟ ਕੀ ਹੁੰਦਾ ਹੈ ਡੇਲੀ ਨਵੇਂ ਲੋਕਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨੀ ਆ ਕੋਈ ਵੀ ਚਾਹੇ ਇਸ ਬਿਜ਼ਨਸ 'ਚ 1 ਮਹੀਨੇ ਤੋਂ ਆ 6 ਮਹੀਨੇ 'ਚ 1 ਸਾਲ 'ਚ 5 ਸਾਲ ਜਿੰਨੇ ਟਾਈਮ 'ਚੋ ਮਰਜੀ ਆ ਡੇਲੀ ਉਹਨੇ ਆਪਣੀ ਲਿਸਟ ਦੇ ਵਿੱਚ ਨਵੇਂ ਪਰਸਨ ਨੂੰ ਐਡ ਕਰਨਾ ਹੈ ਠੀਕ ਹੈ ਲਿਸਟ ਬਣਾਉਣੀ ਹੀ ਬਣਾਉਣੀ ਆ ਨਵੇਂ ਨੂੰ ਮੈਂ ਡੇਲੀ ਕੋਸ਼ਿਸ਼ ਕਰਦੀ ਆ ਮੈਂ ਕਿਸੇ ਐਸੇ ਪਰਸਨ ਨੂੰ ਟੱਚ ਕਰਾਂ ਜਿੰਨੂੰ ਜਾਂ ਤਾਂ ਮੈਂ ਬਹੁਤ ਟਾਈਮ ਪਹਿਲਾਂ ਗੱਲ ਕੀਤੀ ਹੋਈ ਸੀ ਉਹ ਮੇਰੇ ਬਿਜ਼ਨਸ 'ਚ ਨਹੀਂ ਹੈਗੇ ਕਿਸੇ ਨਾ ਕਿਸੇ ਥਰੂ ਮੈਂ ਨਵੇਂ ਪਰਸਨ ਨੂੰ ਟੱਚ ਕਰਨ ਦੀ ਜਾਂ ਟੀਮ ਦੇ ਵਿੱਚ ਕਿਸੇ ਨਾ ਕਿਸੇ ਮਤਲਬ ਟਾਈਮ ਅੱਜ ਵੀ ਤਕਰੀਬਨ ਮੈਂ ਦੋ ਤੋਂ ਤਿੰਨ ਜਣਿਆਂ ਨੂੰ ਨਵਿਆਂ ਨੂੰ ਟੱਚ ਕੀਤਾ ਹੈ ਤੇ ਮੈਨੂੰ ਤਿੰਨਾਂ ਦਾ ਪੋਜੀਟਿਵ ਰਿਜ਼ਲਟ ਆਇਆ ਵਾ ਹੈ ਨਾ ਡੇਲੀ ਆਪਣੀ ਲਈ ਲਿਸਟ ਨੂੰ ਬਿਲਡ ਕਰਨਾ ਹੈ ਡੇਲੀ ਇੱਕ ਹੋਰ ਮੈਂ ਵਿੱਚ ਐਡ ਕਰੂੰਗੀ ਤੁਸੀਂ ਕਿਸੇ ਵੀ ਪਰਸਨ ਨੂੰ ਅਗਰ ਡੈਮੋ ਦਿਖਾ ਰਹੇ ਹੋ ਜੂਮ ਤੇ ਦਿਖਾ ਰਹੇ ਹੋ ਫਿਜ਼ੀਕਲ ਦਿਖਾ ਰਹੇ ਹੋ ਨਾਲ ਦੇ ਨਾਲ ਉਹਦਾ ਨੰਬਰ ਜ਼ਰੂਰ ਸਾਹਮਣੇ ਆਪਣਾ ਨੰਬਰ ਸਾਹਮਣੇ ਵਾਲੇ ਕੋ ਸੇਵ ਕਰਾ ਦਿਓ ਤੇ ਖੁਦ ਤੋ ਉਹਨਾਂ ਨੂੰ ਹੈਲੋ ਦਾ ਮੈਸੇਜ ਭੇਜ ਦੋ ਇਹਦੇ ਦਾ ਰੀਜ਼ਨ ਕੀ ਹੋਏਗਾ ਜਦੋਂ ਤੁਸੀਂ ਸਟੇਟਸ ਲਗਾਉਂਦੇ ਹੋ ਹਮੇਸ਼ਾ ਤੁਹਾਡੇ ਸਟੇਟਸ ਦੇਖੇਗਾ ਠੀਕ ਹੈ ਨਾ ਮੰਨ ਲਓ ਕਿ ਕਿਸੇ ਟਾਈਮ ਕੋਈ ਬੰਦਾ ਉਸ ਟਾਈਮ ਪੋਜ਼ਿਟਿਵ ਰਿਸਪੋns ਨਹੀਂ ਦਿੰਦਾ ਬਟ ਤੁਸੀਂ ਮੰਨੂਗੇ ਆਪਣੇ ਸਟੇਟਸ ਦੇਖ ਦੇਖ ਕੇ ਦੇਖ ਦੇ ਕੇ ਹੈਨਾ ਅਗਰ ਤੁਸੀਂ ਐਮਵਰੀ ਸਟੇਟਸ ਲਗਾਉਂਦੇ ਹੋ ਤੇ ਉਹ ਪਰਸਨ 1 ਮਹੀਨੇ 2 ਮਹੀਨੇ ਜਾਂ ਫਿਰ 3 ਮਹੀਨੇ ਸਾਲ 2-2 ਸਾਲਾਂ ਬਾਅਦ ਵੀ ਲੋਕ ਆਂਦੇ ਨੇ ਅੱਜ ਮੇਰੇ ਕੋਲ 2 ਸਾਲ ਪੁਰਾਣਾ ਕੰਟੈਕਟ ਆਇਆ ਵਾ ਦੁਬਾਰਾ ਹੈਨਾ ਬਿਕੋਜ਼ ਉਹ ਮੇਰੇ ਸਟੇਟਸ ਦੇਖਦੇ ਰਹਿੰਦੇ ਨੇ ਮੇਰੇ ਬ੍ਰੌਡਕ ਇਸ ਕਰਕੇ ਵਿੱਚ ਮੈਂ ਥੋੜਾ ਐਡਪਟ ਕਰ ਰਹੀ ਐ ਐਕਸਟਰਾ ਵੀ ਕਿਹਦੇ ਨਾਲ ਆਪਾਂ ਆਪਣੀ ਲਿਸਟ ਨੂੰ ਬਿਲਡ ਕਰ ਸਕਦੇ ਐ ਇਸ ਕਰਕੇ ਲਿਸਟ ਨਵੇਂ ਲੋਕਾਂ ਦੀ ਜਰੂਰ ਹੋਣੀ ਚਾਹੀਦੀ ਐ ਇਸ ਬਿਜ਼ਨਸ ਦੇ ਨਵੇਂ ਕਸਟਮਰ ਆਪਾਂ ਨੂੰ ਡੇਲੀ ਚਾਹੀਦੇ ਨੇ ਨਵੇਂ ਬਿਜ਼ਨਸ ਵਾਲੇ ਚਾਹੀਦੇ ਨੇ ਹੈਨਾ ਆਪਾਂ ਆਪਣੀ ਹਮੇਸ਼ਾ ਲਿਸਟ ਨਵੀਂ ਬਣਾਓ ਨਵੇਂ ਲੋਕਾਂ ਨੂੰ ਲੈ ਕੇ ਆਓ ਸੈਕਿੰਡ ਨੰਬਰ 'ਚ ਆਪਾਂ ਕੀ ਗੱਲ ਕਰਾਂਗੇ ਕੰਟੈਕਟਿੰਗ ਐਂਡ ਇਨਵਾਈਟਿੰਗ ਦੇਖੋ ਕੰਟੈਕਟਿੰਗ ਐਂਡ ਇਨਵਾਈਟਿੰਗ ਕੀ ਹੁੰਦੀ ਐ ਕਿ ਕਿਸੇ ਹਰ ਇੱਕ ਪਰਸਨ ਨਾਲ ਗੱਲ ਕਰਨ ਦਾ ਇੱਕ ਅਲੱਗ-ਅਲੱਗ ਮੈਥਡ ਹੁੰਦਾ ਵਾ ਹਰ ਇੱਕ ਜਿਹੜੀ ਤੁਹਾਡੀ ਕੰਟੈਕਟਿੰਗ ਲਿਸਟਾ ਸਬਤੇ ਸੇਮ ਨਹੀਂ ਹੁੰਦੀ ਹੈਗੀ ਹੈਨਾ ਲਾਈਕ ਅਗਰ ਹੁਣ ਮੈਂ ਜਿੱਦਾਂ ਕਿਸੇ ਇਸ ਤੋਂ ਪਹਿਲਾਂ ਮੈਂ ਇੱਕ ਬਹੁਤ ਐਜੂਕੇਟਿਡ ਲੇਡੀ ਨਾਲ ਗੱਲ ਕਰ ਰਹੀ ਸੀ ਉਹਨਾਂ ਨੂੰ ਮੈਂ ਜਸਟ ਇਹੀ ਕਿਹਾ ਉਹ ਕਹਿੰਦੇ ਮੈਨੂੰ ਬਿਜ਼ਨਸ ਦੱਸੋ ਮੈਂ ਤੁਸੀਂ ਐਮਬੀ ਬਾਰੇ ਜਾਣਦੇ ਹੋ ਕਹਿੰਦੇ ਬਿਲਕੁਲ ਬਹੁਤ ਅੱਛਾ ਬ੍ਰਾਂਡ ਹੈ ਹੈਨਾ ਕਹਿੰਦਾ ਮਤਲਬ ਕੀ ਹੈ ਕਿ ਤੁਸੀਂ ਚੈੱਕ ਕਰੋ ਕਿ ਸਾਹਮਣੇ ਵਾਲਾ ਪਰਸਨ ਕੀ ਮੇਦਾ ਹੈ ਹੈਨਾ ਤੁਸੀਂ ਲਾਈਕ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਡੈਮੋ ਦੇ ਰਹੀ ਹਾਂ ਮੰਨ ਲਓ ਤੁਸੀਂ ਕਿਸੇ ਨੂੰ ਆਪਣੇ ਫਰੈਂਡ ਜਾਂ ਕਿਸੇ ਰਿਲੇਟਿਵ ਨੂੰ ਉਹ ਹੈਲਥ ਡੈਮੋ ਦਿਖਾਣਾ ਹੈ ਜਸਟ ਤੁਸੀਂ ਇਹੀ ਕਹਿਣਾ ਹੈ ਕੀ ਤੁਸੀਂ ਕਿਸ ਟਾਈਮ ਫ੍ਰੀ ਹੁੰਦੇ ਹੋ ਤੁਸੀਂ ਸਾਨੂੰ ਦੱਸੋ ਅਸੀਂ 10 ਮਿੰਟ ਤੁਹਾਡੇ ਨਾਲ ਥੋੜਾ ਜਿਹਾ ਹੈਲਥ ਬਾਰੇ ਗੱਲ ਕਰਾਂਗੇ ਹੈਲਥ ਦਾ ਤੁਹਾਨੂੰ ਡੈਮੋ ਸੈਸ਼ਨ ਦਿਖਾਵਾਂਗੇ ਹੈਨਾ ਥੋੜਾ ਜਿਹਾ ਜਦੋਂ ਆਪਾਂ ਕਹਿੰਦੀਆਂ ਮੀਟਿੰਗਸ ਮੂਟਿੰਗਸ ਇਹਨਾਂ ਚੀਜ਼ਾਂ ਤੋਂ ਨਾ ਲੋਕ ਡਰ ਜਾਂਦੇ ਪਤਾ ਨਹੀਂ ਸਾਡਾ ਕਿੰਨਾ ਕੁ ਟਾਈਮ ਲੈ ਲੂਗੇ ਸ਼ਾਰਟ ਟਾਈਮ 'ਚ ਕਵਰ ਕਰੋ ਕਿਸੇ ਨਾਲ ਵੀ ਜਸਟ 5 ਤੋਂ 7 ਮਿੰਟ ਦੇ 10 ਅਗਰ ਤੁਸੀਂ ਜੂਮ ਤੇ ਗੱਲ ਕਰ ਰਹੇ ਹੋ ਵੀਡੀਓ ਕਾਲ ਤੇ ਕਰ ਰਹੇ ਹੋ 5 ਤੋਂ 7 ਮਿੰਟ ਤੋਂ ਜ਼ਿਆਦਾ ਨਾ ਗੱਲ ਕਰੋ ਵੀਡੀਓ ਕੋਲਦੇ ਬਸ ਇੰਨੇ ਚੇ ਹੋ ਮੈਂ ਜ ਡੈਮੋ ਦਿਖਾਇਆ ਸੀ ਜਸਟ 5 ਤੋਂ 7 ਮਿੰਟਾਂ 'ਚ ਡੈਮੋ ਦਿਖਾ ਕੇ ਖਤਮ ਕਰ ਦਿੱਤਾ ਬਹੁਤ ਸ਼ਾਰਟ ਰੱਖੋ ਹੈਨਾ ਵੀ ਆਪਣਾ ਪਲਾਨ ਦੱਸਣ ਦੀ ਪ੍ਰੈਜੈਂਟੇਸ਼ਨ ਸ਼ਾਰਟ ਰੱਖੋ ਸਾਰਾ ਕੁਝ ਜਿੰਨੂੰ ਸਮਝ ਜਾਣਾ ਉਹਨੂੰ ਆ ਜਾਏਗਾ ਬਿਕੋਜ਼ ਅੱਜ ਆਪਣੇ ਕੋਲ ਡਿਜੀਟਲ ਟੂਲ ਬਹੁਤ ਆ ਉਹਦੇ ਰਾਹੀਂ ਆਪਾਂ ਸਾਹਮਣੇ ਵਾਲੇ ਨੂੰ ਫੋਲੋ ਕਰਕੇ ਮਤਲਬ ਕਰਵਾ ਸਕਦੇ ਆ ਐਕਸਲੀ ਕੰਟੈਕਟਿੰਗ ਬਹੁਤ ਤਰੀਕੇ ਦੇ ਨਾਲ ਕਰਨੀ ਆ ਜਿੰਨੂੰ ਤੁਸੀਂ ਦੇਖੋ ਆਪਣੀ ਲਿਸਟ 'ਚ ਕਈ ਲੋਕ ਇਹੋ ਜਿਹੇ ਹੁੰਦੇ ਨੇ ਆਪਾਂ ਨੂੰ ਪਤਾ ਇਹ bizness ਕਰਨਗੇ ਕਈ ਲੋਕ ਇਹੋ ਜਿਹੇ ਹੁੰਦੇ ਨੇ ਆਪਾਂ ਨੂੰ ਪਤਾ ਇਹ ਕਸਟਮਰ ਹੀ ਕਰਨਗੇ ਬਟ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਸਟਮਰ ਨੂੰ ਤੁਸੀਂ discound card ਦਾ ਜਰੂਰ ਦੱਸੋ ਕਿ ਇਹਦੇ ਵਿੱਚ discound card ਬਣਦਾ ਵਾ bizness ਬਾਰੇ ਦੱਸ ਜਰੂਰ ਦਿਓ ਵੀ ਅਗਰ ਤੁਸੀਂ ਚਾਹੋਗੇ ਤੁਸੀਂ bizness ਕਰ ਸਕਦੇ ਹੋ ਕਿਉਂਕਿ ਇਹ ਬਹੁਤ ਵੱਡੀ opportunity ਆ ਮੈਂ ਇਹੋ ਜਿਹੇ ਲੀਡਰਸ ਨੂੰ ਜਾਣਦੀ ਆ ਜਿਨ੍ਹਾਂ ਨੇ ਕਿੰਨੇ ਕਿੰਨੇ ਟਾਈਮ ਹੋ ਗਿਆ ਕੋਈ ਜੁਆਇਨਿੰਗ ਨਹੀਂ ਕਰਾਈ ਉਹਨਾਂ ਦਾ bizness ਉੱਥੇ ਦਾ ਉੱਥੇ ਖੜਾ ਹੈ ਮੈਂ ਕਮ ਸੇ ਕਮ ਅਗਰ ਮਿਰ ਤੋ ਕੋਈ ਥੋੜੇ ਜਿਹਾ ਪ੍ਰੋਡਕਟਸ ਵੀ ਲੈਂਦੇ ਦੋ ਟਾਈ 3000 ਦੇ ਮੈਂ ਉਹਦੀ ਵੀ ਡਿਸਕਾਊਂਟ ਕਾਰਡ ਉਹਨਾਂ ਦਾ ਵੀ ਬਣਾ ਦੇਣੀ ਆ ਪਤਾ ਨਹੀਂ ਉੱਥੇ ਕਿੰਨੂ ਕਿਦੋਂ ਕਿੰਨੂ 100 200 ਰੁਪਏ ਹੀ ਮੋਟੀਵੇਟ ਕਰ ਦੇਣਾ ਰੀਅਲੀ ਇਹਦੇ ਚ ਪੈਸੇ ਆਉਂਦਾ ਵਾ ਵੀ ਅਸੀਂ ਵੀ ਕੰਮ ਕਰਕੇ ਦੇਖ ਲੈਣੇ ਆ ਹੈਨਾ ਇਸ ਲਈ ਜੁਆਇਨਿੰਗ ਬਹੁਤ ਜ਼ਰੂਰੀ ਹੈ ਨਵੀਆਂ ਜੁਆਇਨਿੰਗ ਤੇ ਵੀ ਫੋਕਸ ਕਰੋ ਤਾਂ ਕਸਟਮਰ ਤਾਂ ਆਪਾਂ ਬਣਾਣੇ ਬਣਾਣੇ ਆ ਹੈਨਾ ਜਿਹੜੀ ਕੰਟੈਕਟਿੰਗ ਇਨਵਾਈਟਿੰਗ ਤੇ ਮੈਂ ਗੱਲ ਕਰ ਰਹੀ ਸੀ ਕਿ ਦੁਬਾਰਾ ਮੈਂ ਉੱਥੇ ਹੁਣੀ ਆ ਕਿਸੇ ਨੂੰ ਵੀ ਕੰਟੈਕਟ ਕਰਨਾ ਕਾਮ ਸਭ ਤੋਂ ਮੇਨ ਤੁਹਾਡਾ ਪੋਸਚਰ ਕੀ ਹੈ ਜਦ ਤੁਸੀਂ ਸਾਹਮਣੇ ਵਾਲੇ ਨੂੰ ਬਿਜ਼ਨਸ ਆਫਰ ਕਰ ਰਹੇ ਹੋ ਤੁਹਾਡਾ ਐਟੀਟਿਊਡ ਕਿਵੇਂ ਦਾ ਵਾ ਤੁਹਾਡਾ ਐਟੀਟਿਊਡ ਬਹੁਤ ਪੋਜ਼ਿਟਿਵ ਹੋਣਾ ਚਾਹੀਦਾ ਹੈ ਉਹ ਐਟੀਟਿਊਡ ਹੀ ਤੁਹਾਨੂੰ ਕਹਿੰਦਾ ਮਤਲਬ ਸਾਹਮਣੇ ਵਾਲੇ ਨਾਲ ਬਿਜ਼ਨਸ ਜਿਹੜਾ ਤੁਸੀਂ ਤੁਹਾਡੀ ਪ੍ਰੈਜੈਂਟੇਸ਼ਨ ਦਾ ਤਰੀਕਾ ਕਿਵੇਂ ਦਾ ਹੈ ਤੁਸੀਂ ਮੋਟੀਵੇਟ ਕਿਦਾਂ ਕਰ ਰਹੇ ਹੋ ਤੁਸੀਂ ਕਿਸੇ ਸਾਹਮਣੇ ਵਾਲੇ ਨੂੰ ਮੋਟੀਵੇਟ ਕਿਦਾਂ ਕਰ ਰਹੇ ਹੋ ਹੈਨਾ ਇਹ ਚੀਜ਼ ਬਹੁਤ ਜ਼ਿਆਦਾ ਮੈਟਰ ਰੱਖਦਾ ਹੈ ਜਸਟ ਅ ਮਿੰਟ ਠੀਕ ਹੈ ਮੇਨ ਕੀ ਹੈ ਕਿ ਤੁਸੀਂ ਪ੍ਰੈਜੈਂਟੇਸ਼ਨ ਤੁਹਾਡਾ ਦਿਖਾਉਣ ਦਾ ਤਰੀਕਾ ਬਹੁਤ ਵਧੀਆ ਹੋਣਾ ਚਾਹੀਦਾ ਥਰਡ ਨੰਬਰ ਤੇ ਕੀ ਹੈ ਸ਼ੋ ਦਾ ਪਲਾਨ ਡੈਮੋ ਉਹੀ ਗੱਲ ਹੋਗੀ ਕਿ ਤੁਸੀਂ ਸ਼ੋ ਦਾ ਪਲਾਨ ਜਦੋਂ ਕਰੋਗੇ ਡੈਮੋ ਦਿਖਾਉਗੇ ਤੁਹਾਡਾ ਕੰਫੀਡੈਂਸ ਲੈਵਲ ਉਹੀ ਮੈਂ ਗੱਲ ਕਰੀ ਕੰਫੀਡੈਂਸ ਲੈਵਲ ਬਹੁਤ ਅੱਛਾ ਹੋਣਾ ਕਿਉਂਕਿ ਸਾਹਮਣੇ ਵਾਲਾ ਪਰਸਨ ਕੁਝ ਨਹੀਂ ਜਾਣਦਾ ਹੈਗਾ ਉਹਨੂੰ ਐਮ ਵੀ ਦਾ ਏ ਬੀ ਸੀ ਵੀ ਨਹੀਂ ਪਤਾ ਹੈਗਾ ਉਹ ਸਿਰਫ ਤੁਹਾਨੂੰ ਜਾਣਦਾ ਵਾ ਕਿ ਤੁਸੀਂ ਕੀ ਤੁਹਾਡੇ ਚ ਕਪੈਸਿਟੀ ਹੈਗੀ ਉਹਨੂੰ ਬਿਜ਼ਨਸ ਬਿਲਡ ਮਤਲਬ ਉਹਨੂੰ ਸਖਾਨ ਦੀ ਕੀ ਤੁਹਾਡੇ ਜੇ ਇੰਨੀ ਹਿੰਮਤ ਹੈਗੀ ਤੁਸੀਂ ਉਹਨੂੰ ਬਿਜ਼ਨਸ 'ਚ ਅੱਗੇ ਲਿਜਾ ਸਕਦੇ ਹੋ ਤਰਲੇਕ ਨਹੀਂ ਕਿਸ ਕਰਨੇ ਕਿਸੇ ਦੇ ਵੀ ਪਲੀਜ਼ ਤੁਸੀਂ ਜੁਆਇਨ ਕਰ ਲੋ ਪਲੀਜ਼ ਵਰਡ ਕਦੀ ਨਹੀਂ ਯੂਜ਼ ਕਰਨਾ ਪਲੀਜ਼ ਜੁਆਇਨ ਕਰ ਲੋ ਨੋ ਨੋ ਕਦੀ ਵੀ ਨਹੀਂ ਭੁੱਲ ਕੇ ਵੀ ਨਹੀਂ ਇੱਕ ਓਪਰਚ्युनिटी ਆਫਰ ਕਰਨੀ ਆ ਬੈਸਟ ਬਿਜ਼ਨਸ ਆ ਅਸੀਂ ਬਿਲਡ ਕਰ ਰਹੇ ਆ ਬਹੁਤ ਵਧੀਆ ਪ੍ਰੋਡਕਟਸ ਨੇ ਅਗਰ ਤੁਸੀਂ ਇਨਕਮ ਬਣਾਉਣਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਠੀਕ ਹੈ ਅਗਰ ਤੁਸੀਂ ਵਿਚਾਰਿਆਂ ਵਾਲਾ ਐਟੀਟਿਊਡ ਰੱਖੋਗੇ ਤਰਲਿਆਂ ਵਾਲਾ ਕੋਈ ਵੀ ਨਹੀਂ ਆਊਗਾ ਇਸ ਬਿਜ਼ਨਸ 'ਚ ਹੈਨਾ ਬਿਕੋਜ਼ ਹਮੇਸ਼ਾ ਇੱਕ ਗੱਲ ਯਾਦ ਰੱਖੋ ਤੁਸੀਂ ਸਾਹਮਣੇ ਵਾਲੇ ਤੋਂ ਕੁਝ ਲੈ ਨਹੀਂ ਰਹੇ ਉਹਨੂੰ ਦੇ ਰਹੇ ਹੋ ਵਰਡ ਦਾ ਬੈਸਟ ਬਿਜ਼ਨਸ ਦੇ ਰਹੇ ਹੋ ਦ ਬੈਸਟ ਪ੍ਰੋਡਕਟ ਦੇ ਰਹੇ ਹੋ ਹੈਨਾ ਇਸ ਕਰਕੇ ਐਟੀਟਿਊਡ ਤੋਂ ਡਾਇਰ ਹੋ ਜਾਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਕਵੇ ਨਹੀਂ ਮੈਂ ਇਹਦੇ ਨਾਲ ਜੁਆਇਨ ਕਰਨਾ ਹੈ ਕੁਝ ਤਾਂ ਹੈਗਾ ਹੀ ਹੈਗਾ ਯਾਨੀ ਕਿਸੇ ਨੂੰ ਵੀ ਤੁਸੀਂ ਮਿਲਿਓ ਸਾਹਮਣੇ ਵਾਲੇ ਨੂੰ ਐਨਾ ਸਮਝ ਹੋਣਾ ਚਾਹੀਦਾ ਹਾਂ ਚਾਹੇ ਉਹ ਜੁਆਇਨ ਕਰੇ ਚਾਹੇ ਨਾ ਕਰੇ ਚਾਹੇ ਪ੍ਰੋਡਕਟ ਲਵੇ ਨਹੀਂ ਆ ਲਵੇ ਬਟ ਇਹਨਾਂ ਨੂੰ ਸਮਝ ਆਣਾ ਚਾਹੀਦਾ ਕਿ ਹਾਂ ਮੈਨੂੰ ਕੋਈ ਮਿਲਿਆ ਸੀਗਾ ਜਿਹਨੇ ਐਮਵੇ ਬਿਜ਼ਨਸ ਦੀ ਗੱਲ ਕੀਤੀ ਸੀਗੀ ਕਦੀ ਉਹਦੇ ਮਾਈਂਡ 'ਚ ਐਮਵੇ ਦੇ ਪ੍ਰੋਡਕਟ ਬਾਰੇ ਕੋਈ ਆਵੇ ਯੂਜ਼ ਕਰਨਾ ਜਾਂ ਬਿਜ਼ਨਸ ਉਹ ਤੋਂ ਡਿਨਾਈ ਕਰੇਗਾ ਬਟ ਤੁਹਾਡਾ ਪੋਸਚਰ ਕਿਹੋ ਜਿਹਾ ਐਕਚੁਅਲੀ ਤੁਹਾਡਾ ਐਟੀਟਿਊਡ ਤੁਹਾਡਾ ਪੋਸਚਰ ਬਹੁਤ ਹੀ ਪੋਜ਼ਿਟਿਵ ਹੋਣਾ ਚਾਹੀਦਾ ਹੈ ਹੈਨਾ ਓਹੀ ਕਲ ਪਲਾਨ ਬਹੁਤ ਸ਼ਾਰਟ ਕਰਨਾ ਹੈ ਡੈਮੋ ਬਹੁਤ ਸ਼ਾਰਟ ਕਰਨਾ ਹੈ ਅਗਰ ਤੁਸੀਂ ਜੂਮ ਤੇ ਦਿਖਾ ਰਹੇ ਹੋ ਡਿਜੀਟਲ ਦਿਖਾ ਰਹੇ ਹੋ ਜੂਮ ਤੇ 5 ਤੋਂ 10 ਮਿੰਟ ਤੋਂ ਜ਼ਿਆਦਾ ਪਲਾਨ ਡੈਮੋ ਦੀ ਲੋੜ ਨਹੀਂ ਜੀ ਐਨੇ ਟਾਈਮ ਚ ਸਭ ਕਵਰ ਹੋ ਜਾਂਦਾ ਵਾ ਠੀਕ ਹੈ ਤੇ ਫਿਜ਼ੀਕਲ ਦਿਖਾ ਰਹੇ ਹੋ ਅੱਧੇ ਘੰਟੇ ਦੇ 35 40 ਮਿੰਟ ਦੇ ਅੰਦਰ ক্লোজিং ਕਰ ਦਿਓ ਲੰਬਾ ਨਾ ਖਿੱਚੋ ਬਹੁਤ ਸ਼ਾਰਟ ਦਿਖਾਓ ਠੀਕ ਹੈ ਥੈਨ ਫੋਰਥ ਨੰਬਰ ਤੇ ਫੋਲੋ ਅਪ ਇਹ ਬਹੁਤ ਮੇਨ ਚੀਜ਼ ਆ ਜਦੋਂ ਪਹਿਲਾ ਨੰਬਰ ਕਿਹਾ ਕਿ ਆਪਾਂ ਕਿਸੇ ਨਾਲ ਗੱਲ ਕੀਤੀ ਸੈਕਿੰਡ ਨੰਬਰ ਉਹਦੇ ਨਾਲ ਟਾਈਮ ਫਿਕਸ ਕਰਕੇ ਉਹਨੂੰ ਆਪਾਂ ਡੈਮੋ ਦਿਖਾਤਾ ਠੀਕ ਹੈ ਥਰਡ ਨੰਬਰ ਤੇ ਹੁਣ ਕੀ ਹੈ ਕਿ ਕਈ ਵਾਰ ক্লোজিং ਨਾਲ ਦੀ ਨਾਲ ਹੋ ਜਾਂਦੀ ਆ ਕਈ ਜਗ੍ਹਾ ਤੇ ਹੁੰਦਾ ਹੈ ਕਿ ਆਪਾਂ ਫੋਲੋ ਅਪ ਕਿੱਦਾਂ ਕਰਨਾ ਵੀ ਹੁਣ ਸਮਝ ਨਹੀਂ ਆਉਂਦਾ ਇਹਨਾਂ ਨੂੰ ਕਿੱਦਾਂ ਗੱਲ ਕਰੀਏ ਮੈਂ ਕੀ ਕਰਦੀ ਹੁੰਨੀ ਲਾਈਕ ਇੱਕ ਐਗਜ਼ਾਮਪਲ ਮੈਂ ਸਿੰਪਲ ਜੀ ਇਦਾਂ ਕਰਦੀ ਤਾਂ ਮੈਂ ਕਿਸੇ ਨੂੰ ਅੱਜ ਦਿਖਾਇਆ ਵਾ ਹੈ ਨਾ ਮੈਂ ਜਸਟ ਕੱਲ ਕੋਲ ਕਰੂੰਗੀ ਹਾਂਜੀ ਕੱਲ ਤੁਹਾਨੂੰ ਡੈਮੋ ਦਿਖਾਇਆ ਸੀ ਕਿੱਦਾਂ ਲੱਗੇ ਤੁਹਾਨੂੰ ਪ੍ਰੋਡਕਟਸ ਕਿੱਦਾਂ ਲੱਗੇ ਤੁਸੀਂ ਕੋਈ ਪ੍ਰੋਡਕਟਸ ਯੂਜ਼ ਕਰਕੇ ਦੇਖਣਾ ਚਾਹੁੰਦੇ ਹੋ ਮੈਂ ਐਕਚੁਅਲੀ ਆਰਡਰ ਪਲੇਸ ਕਰ ਰਹੀ ਸੀਗੀ ਅਗਰ ਤੁਸੀਂ ਕੋਈ ਪ੍ਰੋਡਕਟ ਯੂਜ਼ ਕਰਕੇ ਦੇਖਣਾ ਚਾਹੁੰਦੇ ਹੋ ਮੈਨੂੰ ਦੱਸੋ ਮੈਂ ਤੁਹਾਡਾ ਵੀ ਆਰਡਰ ਪਲੇਸ ਕਰ ਦੇਣੀ ਹੈ ਸਿੰਪਲ ਜਿਹਾ ਤਰੀਕਾ ਇਸ ਤਰੀਕੇ ਨਾਲ ਤੁਸੀਂ ਜਿੰਨੀ ਦੇਰ ਤੱਕ ਤੁਸੀਂ ਕੋਈ ਉਹਨਾਂ ਦਾ ਆਰਡਰ ক্লোਜ਼ ਨਹੀਂ ਕੀਤਾ ਸਮਝੋ ਡੈਮੋ ਸਕਸੈਸਫੁਲੀ ਹੋਇਆ ਹੈਗਾ ਹੈਨਾ ਹਾਂ ਮੰਨ ਲਓ ਕਹਿੰਦੇ ਸੋਚ ਕੇ ਦੱਸਾਂਗੇ ਇਟਸ ਓਕੇ ਥੈਨ ਤੁਸੀਂ ਕੀ ਕਰਨਾ ਹੈ ਇੱਕ ਬ੍ਰੋਡਕਾਸਟ ਗਰੁੱਪ ਬਣਾਓ ਆਪਣੀ ਬ੍ਰੋਡਕਾਸਟ ਗਰੁੱਪ ਦੇ ਵਿੱਚ ਉਸ ਨੰਬਰ ਨੂੰ ਐਡ ਕਰ ਲਓ ਦ ਬ੍ਰੋਡਕਾਸਟ ਗਰੁੱਪ ਵਿੱਚ ਡੇਲੀ ਕਦੀ ਵੀ ਮੈਸੇਜ ਅਪਡੇਟ ਨਹੀਂ ਕਰਦੇ ਹੈਗੇ ਸਾਹਮਣੇ ਵਾਲਾ ਇਰੀਟੇਟ ਹੋ ਜਾਏਗਾ ਤੁਸੀਂ ਸਾਰੇ ਮੇਰੇ ਬ੍ਰੋਡਕਾਸਟ ਗਰੁੱਪ 'ਚ ਹੈਗੇ ਹੋ ਤੁਹਾਡੇ ਕੋ ਡੇਲੀ ਮੇਰਾ ਕਦੇ ਨਹੀਂ ਆਏਗਾ ਕਿਸੇ ਪ੍ਰੋਡਕਟ ਤੋਂ ਰਿਲੇਟਡ ਮੈਂ 3-4 ਦਿਨਾਂ ਬਾਅਦ ਇੱਕ ਮੈਸੇਜ ਪਾਣੀ ਆ ਕਦੀ ਜਦਾਂ ਥੋੜੀ ਦਿਨ ਪਹਿਲਾਂ ਸਰਵਾਈਸਸ ਦਾ ਪਾਇਆ ਸੀ ਉਸ ਤੋਂ ਕੁਝ ਦਿਨ ਪਹਿਲਾਂ ਆਈਸ ਦੇ ਸਪਲੀਮੈਂਟਸ ਦਾ ਪਾਇਆ ਸੀ ਡੇਲੀ ਨਹੀਂ ਪਾਣਾ ਤੇ ਮੈਨੂੰ ਬਹੁਤ ਅੱਛਾ ਕਸਟਮਰ ਦਾ ਰਿਪਲਾਈ ਆਂਦਾ ਵਾ ਹੈ ਨਾ ਬਿਕੋਜ਼ ਅਗਰ ਆਪਾਂ ਡੇਲੀ ਡੇਲੀ ਪਾਈ ਚੱਲਾਂਗੇ ਲੋਕ ਇਰੀਟੇਟ ਹੋ ਜਾਂਦੇ ਪਰੇਸ਼ਾਨ ਗਏ ਐਕਸਲੀ ਬ੍ਰੋਡਕਾਸਟ ਜ਼ਰੂਰ ਬਣਾਓ ਬ੍ਰੋਡਕਾਸਟ ਦੇ ਨਾਲ ਕਿ ਆ ਕਿ ਤੁਸੀਂ 2 ਸਾਲ ਪੁਰਾਣੇ ਕਸਟਮਰ ਨਾਲ ਵੀ ਟੈਕਸਟ ਜੇ ਰਿੰਦੇ ਆ ਇਹਦਾ ਰੀਜ਼ਨ ਆ ਹਫਤੇ 'ਚ ਇੱਕ ਮੈਸੇਜ ਵੀ ਪਾ ਰਹੇ ਦੋ ਮੈਸੇਜ ਪਾ ਰਹੇ ਉਹਦੇ ਕੋ ਚਲ ਗਿਆ ਉਸ ਸੀਨ ਕਰ ਰਿਹਾ ਹੈ ਹੈ ਨਾ ਕਦੀ ਵੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਨੀੜੇ ਉਹ ਤੁਹਾਡੇ ਨਾਲ ਕੰਟੈਕਟ ਕਰੇਗਾ ਦੇਖੋ ਇਹ ਜਿਹੜਾ ਬਿਜ਼ਨਸ ਹੈ ਇਹ ਤੁਹਾਡਾ ਹੈ ਨਾ ਇਹਨੂੰ ਤੁਸੀਂ ਬਿਲਡ ਕਰਨਾ ਹੈ ਅਸਲੀ ਇਹਨੂੰ ਸਮਾਰਟ ਤਰੀਕੇ ਨਾਲ ਬਿਲਡ ਕਰਨਾ ਹੈ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਐਨਾ ਜਿਆਦਾ ਯੂਜ਼ ਆਪਾਂ ਕਰ ਰਹੇ ਹੋ ਸਟੇਟਸ ਲਗਾਓ ਬ੍ਰੋਡਕਾસ્ટ ਗਰੁੱਪ ਬਣਾਓ ਹੈਨਾ ਪਰ ਉਹਨਾਂ ਨੂੰ ਯੂਜ਼ ਸਹੀ ਤਰੀਕੇ ਨਾਲ ਕਰੋ ਤੁਹਾਨੂੰ 100% ਰਿਜ਼ਲਟ ਆਏਗਾ ਆਏਗਾ ਅਸਲੀ ਜਿਹੜੇ ਆਪਾਂ 4 ਬੇਸਿਕ ਦੀ ਗੱਲ ਕੀਤੀ ਸੀ ਆਈ ਥਿੰਕ ਤੁਹਾਨੂੰ ਸਭ ਨੂੰ ਸਮਝ ਆਇਆ ਹੋਵੇ ਲਿਸਟ ਬਣਾਉਣਾ ਡੇਲੀ ਨਵੇਂ ਲੋਕਾਂ ਨਾਲ ਆਪਾਂ ਗੱਲ ਕਰਨੀਆਂ ਹੈਨਾ ਸੈਕਿੰਡ ਨੰਬਰ ਤੇ ਉਹਨਾਂ ਨਾਲ ਆਪਾਂ ਟਾਈਮ ਫਿਕਸ ਕਰਕੇ ਡੈਮੋ ਫਿਕਸ ਕਰਨਾ ਹੈ ਥੈਨ ਤਾਨੂੰ ਡੈਮੋ ਕਿਦਾਂ ਲੱਗਿਆ ਕਈ ਵਾਰ ਉਸੇ ਟਾਈਮ ਆਰਡਰ ক্লোਜ਼ ਹੋ ਜਾਂਦਾ ਵਾ ਬਟ ਉਦੋਂ ਤੱਕ ਆਰਡਰ ক্লোਜ਼ ਨਹੀਂ ਗਿਆ ਜਦੋਂ ਤੱਕ ਉਹਨਾਂ ਕੋਲ ਪ੍ਰੋਡਕਟ ਪਹੁੰਚ ਕੇ ਆਪਣੇ ਕੋ ਪੇਮੈਂਟ ਨਹੀਂ ਆਈ ਲਾਈਕ ਐਗਜ਼ਾਮਪਲ ਮੈਂ ਕੱਲ ਮੇਰੇ ਬੇਟੇ ਦੇ ਮਤਲਬ ਫਰੈਂਡ ਦੇ ਮਮਾ ਨੂੰ ਡੈਮੋ ਦਿਖਾਇਆ ਸੀ ਜੂਮ ਤੇ ਪਰਸੋਂ ਦਿਖਾਇਆ ਸੀ ਪਰਸੋਂ ਡੈਮੋ ਦਿਖਾਇਆ ਸੀ ਉਹਨਾਂ ਨੇ ਆਈ ਸੁਪਲੀਮੈਂਟ ਡਨ ਕਰ ਦਿੱਤੇ ਡਨ ਸੀਗਾ ਹਨਾ ਤੇ ਉਹ ਕਹਿੰਦੇ ਮੈਨੂੰ ਚਾਹੀਦੇ ਆ ਥੈਨ ਉਹਨਾਂ ਦਾ ਕੱਲ ਮੈਸੇਜ ਆਇਆ ਕਿ ਹੁਣ ਅੱਜ ਅੱਜ ਵੀ ਮੈਸੇਜ ਆ ਗਿਆ ਕਿ ਕੱਲ ਤੁਸੀਂ ਪ੍ਰੋਡਕਟ ਭੇਜ ਦੋ ਤਾਂ ਮੈਂ ਪੇਮੈਂਟ ਭੇਜ ਦੂੰਗੀ ਅਸਲੀ ਆਰਡਰ ਇਹ ਵਾ ਜਦੋਂ ਮੇਰੇ ਕੋਲ ਪ੍ਰੋਡਕਟ ਚਲ ਕੇ ਪੇਮੈਂਟ ਆ ਗਈ ਆਰਡਰ ਹੋ ਦਨ ਹੁੰਦਾ ਵਾ ਹੈਨਾ ਤੇ ਇਸ ਕਰਕੇ ਇਹ 4 ਬੇਸਿਕਸ ਤੇ ਆਪਾਂ ਕੰਮ ਕਰਾਂਗੇ ਆਪਾਂ ਜਦੋਂ ਕਿਸੇ ਦਾ ਵੀ ਬਿਜ਼ਨਸ ਰੁਕਿਆ ਹੋਇਆ ਵਾ ਥੋੜਾ ਗਰੋਥ ਨਹੀਂ ਕਰ ਰਿਹਾ ਇਟ ਮੀਨਸ ਉਹ 4 ਬੇਸਿਕ ਤੇ ਨਹੀਂਗਾ ਹੈਨਾ ਹਾਂਜੀ ਥੈਂਕ ਯੂ ਵੈਰੀ ਮੱਚ ਦੈਨ